ਪਿਤਾ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਫੌਜੀ ਪੁੱਤ ਐਮਰਜੈਂਸੀ ਛੁੱਟੀ ਲੈ ਕੇ ਆਇਆ। ਦੱਸ ਦਈਏ ਕਿ ਵਰਦੀ ਦੇ ਵਿੱਚ ਹੀ ਉਹ ਆਇਆ ਤੇ ਉਸਨੇ ਸੜਕ ਦੇ ਉੱਤੇ ਹੀ ਧਰਨਾ ਲਗਾ ਦਿੱਤਾ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਉਸ ਫੌਜੀ ਜਵਾਨ ਦਾ ਕਹਿਣਾ ਹੈ ਕਿ ਉਸਦੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਦੋਸ਼ੀ ਨੂੰ ਫੜਿਆ ਨਹੀਂ ਗਿਆ। ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਦੇ ਉੱਤੇ ਹੀ ਧਰਨਾ ਲਗਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਦੋ ਵਿਅਕਤੀਆਂ ਨੇ ਖੇਤਾਂ ਦੇ ਵਿੱਚ ਹੀ ਇਸ ਦੇ ਪਿਤਾ ਦਾ ਕਤਲ ਕਰ ਦਿੱਤਾ। ਹਾਲਾਂਕਿ ਕੁਝ ਮੌਕੇ ਦੇ ਉੱਤੇ ਪ੍ਰਤੱਖ ਦਰਸ਼ੀ ਵੀ ਪਹੁੰਚੇ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਆਪਣੀ ਅੱਖਾਂ ਨਾਲ ਦੇਖਿਆ ਕਿ ਦੋ ਵਿਅਕਤੀਆਂ ਦੇ ਵੱਲੋਂ ਇੱਕ ਵਿਅਕਤੀ ਦੇ ਉੱਤੇ ਜੋ ਤੇਜ਼ ਧਾਰ ਹਥਿਆਰ ਸੀ ਉਸ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਜਿਵੇਂ ਹੀ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਹਮਲਾਵਰ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਉਸ ਜ਼ਖਮੀ ਵਿਅਕਤੀ ਨੂੰ ਉੱਥੇ ਛੱਡ ਦਿੰਦੇ ਨੇ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਂਦਾ। ਪਰ ਜਦੋਂ ਤੱਕ ਉਸ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਉਹਨਾਂ ਦੀ ਜਾਨ ਚਲੀ ਜਾਂਦੀ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਤੇ ਹੁਣ ਆਪਣੇ ਪਿਤਾ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਫੌਜੀ ਜਵਾਨ ਐਮਰਜੈਂਸੀ ਛੁੱਟੀ ਤੇ ਆਇਆ ਤੇ ਆਉਂਦੇ ਸਾਰ ਹੀ ਸੜਕ ਦੇ ਉੱਤੇ ਉਸਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ। ਤਾਂ ਤਸਵੀਰਾਂ ਦੇ ਵਿੱਚ ਵੀ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਫੌਜੀ ਜਵਾਨ ਹੈ ਵਰਦੀ ਉਸਦੇ ਫੌਜ ਦੀ ਪਾਈ ਹੋਈ ਹੈ ਤੇ ਆਪਣੇ ਪਿਤਾ ਦੇ ਲਈ ਇਨਸਾਫ ਦੀ ਗੁਹਾਰ ਲਗਾ ਰਿਹਾ ਤੇ ਪੁਲਿਸ ਦੇ ਉੱਪਰ ਵੀ ਇਲਜ਼ਾਮ ਲੱਗੇ ਨੇ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਮਜਬੂਰੀ ਦੇ ਵਿੱਚ ਧਰਨਾ ਲਗਾਇਆ ਗਿਆ। ਤਾਂ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਆਪਣੇ ਪਿਤਾ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਫੌਜੀ ਜਵਾਨ ਐਮਰਜੈਂਸੀ ਛੁੱਟੀ 'ਤੇ ਆਇਆ ਅਤੇ ਆਉਂਦੇ ਸਾਰ ਹੀ ਉਸਦੇ ਵੱਲੋਂ ਹੋਰ ਲੋਕਾਂ ਦੇ ਨਾਲ ਮਿਲ ਕੇ ਧਰਨਾ ਲਗਾ ਦਿੱਤਾ ਗਿਆ। ਮੈਂ ਜੀ ਗੁਰਵਿੰਦਰ ਸਿੰਘ, ਪਿੰਡ ਹਮਚਲੀ, ਤਹਿਸੀਲ ਪਾਤਰਾ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ। ਮੈਂ ਆਪਣੇ ਭਾਰਤੀ ਫੌਜ ਦੇ ਵਿੱਚ ਤੈਨਾਤ ਹਾਂ। ਮੈਂ ਦੇਸ਼ ਦੀ ਸੇਵਾ ਵਿੱਚ ਆਪਣਾ ਟਾਈਮ ਲੰਘਾ ਰਿਹਾ। ਮੈਂ ਮਾਂ ਬਾਪ ਦਾ ਇਕੱਲਾ ਮੁੰਡਾ। ਮੇਰੇ ਘਰ ਵਿੱਚ ਮੇਰੀ ਮਾਤਾ, ਮੇਰੀ ਭੈਣ ਅਤੇ ਮੇਰਾ ਛੋਟਾ ਪਤਨੀ ਅਤੇ ਦੋ ਬੱਚੇ ਸੀ। ਦਵਿੰਦਰ ਸਿੰਘ ਪਿੰਡ ਹਮਚੜੀ ਅਤੇ ਉਹਦਾ ਹਿਸ ਫੈਮਿਲੀ ਮੈਂਬਰ ਅਤੇ ਆਲ ਵਿੱਚ ਪਰਸਨ ਇਨਕਲੂਡ ਨੇ, ਇਹਨਾਂ ਨੇ 31 ਮਈ 2024 ਨੂੰ ਮੇਰੇ ਪਿਤਾ ਮੇਘਾ ਸਿੰਘ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅਸੀਂ ਪੁਲਿਸ 'ਚ FIR ਲਿਖਾਤੀ ਪਰ ਇਹਨਾਂ ਬੰਦਿਆਂ 'ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕੋਈ ਬੰਦਾ ਹਜੇ ਤੱਕ ਅਰੈਸਟ ਨਹੀਂ ਹੋਇਆ। ਮੇਰੀ ਸੈਂਟਰ ਸਰਕਾਰ ਅਤੇ ਗਵਰਨਮੈਂਟ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਚੱਕਿਆ ਜਾਵੇ। ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਜੋ ਸਾਨੂੰ ਇਨਸਾਫ ਮਿਲ ਸਕੇ। ਪਹਿਲਾਂ ਵੀ ਕੋਈ ਤੁਹਾਡਾ ਝਗੜਾ ਹੋਇਆ? ਸਾਡਾ ਪਹਿਲਾਂ ਵੀ ਮੇਰੇ ਮਾਤਾ ਪਿਤਾ ਦੇ, ਇਹਨਾਂ ਨੇ 28 ਮਾਰਚ 2024 ਨੂੰ ਜਾਨਲੇਵਾ ਹਮਲਾ ਕੀਤਾ। ਉਸ ਦੀਆਂ ਅਰਜ਼ੀਆਂ ਅਸੀਂ ਉੱਪਰ ਮੁੱਖ ਮੰਤਰੀ ਸਾਹਿਬ, CM ਮਾਨ ਸਾਹਿਬ, ਸਾਰੇ ਆਪਣਾ ਜੋ ਵੀ ਚੈਨਲ ਹੈ ਥਰੂ ਪ੍ਰੋਪਰ ਚੈਨਲ ਲਾਈਆਂ ਨੇ, ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਹਾਂਜੀ, ਤੁਸੀਂ ਜਿਹੜੀ ਇਹ ਲਾਸ਼ ਸੜਕ ਤੇ ਰੱਖ ਕੇ, ਕਤਲ ਹੋਇਆ ਕਿਹਦੇ ਕੀਤਾ, ਕਿਹਦੇ ਜ਼ਿੰਮੇਵਾਰ ਸਨ? ਇਹ ਜੀ ਦਵਿੰਦਰ ਸਿੰਘ ਐਂਡ ਹਿਸ ਉਹਦੇ ਫੈਮਿਲੀ ਮੈਂਬਰ ਅਤੇ ਕੁਛ ਪਰਸਨ ਅਨਨਾਊਨ ਇਨਕਲੂਡ ਨੇ ਉਹਦੇ ਵਿੱਚ। ਜੀ ਸਰ।